ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਕਰਨ ਵਾਲੀ ਬੰਟੀ ਅਤੇ ਬਬਲੀ ਦੀ ਜੋੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਗਾਤਾਰ ਇਹਨਾਂ ਦੇ ਵੱਲੋਂ ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪੁਲਿਸ ਨੇ ਲਗਾਤਾਰ ਸੀਸੀਟੀਵੀ ਦੀ ਭਾਲ ਕੀਤੀ ਤੇ ਹੁਣ ਇਹਨਾਂ ਤੱਕ ਪਹੁੰਚ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਕਿਹਾ ਜਾ ਰਿਹਾ ਕਿ ਸਵੇਰ ਦੇ ਵੇਲੇ ਦੋਹਾਂ ਦੇ ਵੱਲੋਂ ਹੀ ਮਿਲ ਕੇ ਦੁਕਾਨਾਂ ਦੀ ਰੇਕੀ ਕੀਤੀ ਜਾਂਦੀ ਸੀ ਤੇ ਫਿਰ ਰਾਤ ਦੇ ਸਮੇਂ ਇਹਨਾਂ ਦਾ ਤਾਲਾ ਤੋੜ ਕੇ ਦੁਕਾਨਾਂ ਦਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਸ਼ਹਿਰ ਦੇ ਵਿੱਚ ਲਗਾਤਾਰ ਕਈ ਦੁਕਾਨਾਂ ਦੇ ਤਾਲੇ ਟੁੱਟੇ, ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਤੇ ਸੀਸੀਟੀਵੀ ਦੇ ਵਿੱਚ ਦੋਵੇਂ ਹੀ ਕੈਦ ਹੋ ਗਏ, ਜਿਸ ਤੋਂ ਬਾਅਦ ਪੁਲਿਸ ਇਹਨਾਂ ਦੇ ਪਿੱਛੇ ਲੱਗਦੀ ਹੈ ਤੇ ਕਾਫੀ ਦਿਨਾਂ ਦੀ ਕੜੀ ਮੁਸ਼ਕਲ ਤੋਂ ਬਾਅਦ ਪੁਲਿਸ ਦੀ ਟੀਮ ਨੇ ਹੁਣ ਸਫਲਤਾ ਹਾਸਲ ਕੀਤੀ ਹੈ। ਤਾਂ ਦੱਸ ਦਈਏ ਕਿ ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਖਰੜ ਦੇ ਰਹਿਣ ਵਾਲੇ ਬੰਟੀ ਅਤੇ ਬਬਲੀ ਨੂੰ ਗ੍ਰਿਫਤਾਰ ਕੀਤਾ ਗਿਆ। ਕਿਰਾਏ ਦੇ ਮਕਾਨ ਦੇ ਉੱਤੇ ਰਹਿੰਦੇ ਸੀ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਲੈਪਟੋਪ, LED ਅਤੇ ਨੋਟਾਂ ਦੇ ਹਾਰ ਵੀ ਬਰਾਮਦ ਕੀਤੇ ਗਏ ਨੇ। ਤਾਂ ਤਸਵੀਰਾਂ ਦੇ ਵਿੱਚ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਲੜਕਾ ਲੜਕੀ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਇਹ ਇੱਕ ਨੰਬਰ ਦੇ ਚੋਰ ਨੇ। ਇਹਨਾਂ ਦੇ ਵੱਲੋਂ ਪਹਿਲਾਂ ਦੁਕਾਨਾਂ ਦੀ ਰੇਕੀ ਕੀਤੀ ਜਾਂਦੀ ਸੀ ਤੇ ਫਿਰ ਮੌਕਾ ਦੇਖ ਕੇ ਰਾਤ ਦੇ ਸਮੇਂ ਕਟਰ ਦੇ ਨਾਲ ਕਿਹਾ ਜਾ ਰਿਹਾ ਕਿ ਤਾਲਾ ਕੱਟ ਕੇ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਪੁਲਿਸ ਦੇ ਲਈ ਇਹ ਇੱਕ ਵੱਡਾ ਚੈਲੰਜ ਸੀ ਇਹਨਾਂ ਨੂੰ ਕਾਬੂ ਕਰਨਾ, ਕਿਉਂਕਿ ਲਗਾਤਾਰ ਆਪਣਾ ਫੋਨ ਨੰਬਰ ਬਦਲ ਦਿੰਦੇ ਸੀ ਤੇ ਪਟਿਆਲਾ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਤਾਂ ਖਰੜ ਦੇ ਵਿੱਚ ਇਹ ਰਹਿ ਰਹੇ ਸੀ, ਮੋਹਾਲੀ ਦੀਆਂ ਦੁਕਾਨਾਂ ਤੇ ਇਹਨਾਂ ਦੇ ਵੱਲੋਂ ਵਾਰਦਾਤਾਂ ਕੀਤੀਆਂ ਜਾਂਦੀਆਂ ਸੀ, CCTV ਦੇ ਵਿੱਚ ਇਹ ਕੈਦ ਹੋ ਚੁੱਕੇ ਸੀ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਨਾਂ ਨੂੰ ਕਾਬੂ ਕੀਤਾ। ਪੂਰਾ ਮਾਮਲਾ ਕੀ ਹੈ ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਸੰਧੂ ਸਰ ਨੇ। ਸਰ, ਕਿਉਂਕਿ ਇਹ ਪੂਰਾ ਮਾਮਲਾ ਜਾਂ ਤੁਹਾਡੇ ਸੰਗਿਆਨ 'ਚ ਆਇਆ, ਕਿਉਂਕਿ ਕਾਫੀ ਵਾਰਦਾਤਾਂ ਜਿਹੜੀ ਚੋਰੀਆਂ ਦੀ ਆ ਰਹੀ ਸੀ ਸ਼ੋਪ ਤੇ, ਕਿਸ ਤਰ੍ਹਾਂ ਦੀ ਪੂਰੀ ਇਨਵੈਸਟੀਗੇਸ਼ਨ 'ਚ ਆਇਆ, ਕਿੰਨੇ ਲੋਕਾਂ ਦੇ ਵਿੱਚ ਗ੍ਰਿਫਤਾਰ ਹੋਏ? ਦੇਖੋ ਜੀ, ਪਿਛਲੇ ਕੁਝ ਟਾਈਮ 'ਚ, ਪਿਛਲੇ ਕੁਝ ਹਫ਼ਤਿਆਂ 'ਚ ਸਾਡੇ ਕੋਲ ਸਿਮਿਲਰ ਤਰੀਕੇ ਦੇ ਥੈਫਟ ਦੇ ਇੰਸੀਡੈਂਟ ਰਿਪੋਰਟ ਹੋਏ। ਅਸੀਂ ਵੱਖ ਵੱਖ ਮੁਕੱਦਮੇ ਵੀ ਦਰਜ ਕੀਤੇ ਅਤੇ ਦੌਰਾਨੇ ਜਿਹੜਾ ਤਫਤੀਸ਼, ਇਹ ਗੱਲ ਸਾਹਮਣੇ ਆਈ ਕਿ ਸਿਮਿਲਰ ਮੋਡਸ ਅਪਰੈਂਡੀ ਸੀਗਾ ਇਹਨਾਂ ਦਾ। CCTV ਫੁਟੇਜ ਅਤੇ ਹੋਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ 'ਤੇ ਅਸੀਂ ਫਿਰ ਦੋ ਜਾਣੇ ਜਿਹੜੇ ਨੇ ਸ਼ਾਰਟਲਿਸਟ ਕੀਤੇ ਅਤੇ ਉਹਨਾਂ ਨੂੰ ਬਾਅਦ 'ਚ ਕਾਬੂ ਕੀਤਾ। ਸਰ, ਕੌਣ ਨੇ ਦੋਨੋਂ, ਇੱਕ ਕੁੜੀ ਹੈ ਇੱਕ ਮੁੰਡਾ, ਦੱਸਿਆ? ਹਾਂਜੀ, ਇੱਕ ਮੁੰਡਾ ਜੀ, ਇੱਕ ਕੁੜੀ ਆ, ਦੋਨੋਂ ਰਾਜਪੁਰੇ ਸਾਈਡ ਦੇ ਰਹਿਣ ਵਾਲੇ ਨੇ। ਮੁੰਡਾ ਖੇੜੀ ਗੰਢਿਆ ਥਾਣੇ 14 ਪਿੰਡ ਪੈਂਦਾ ਅਤੇ ਕੁੜੀ ਰਾਜਪੁਰੇ ਦੀ ਪਿੱਛੋਂ ਰਹਿਣ ਵਾਲੀ ਹੈ। ਠੀਕ ਹੈ, ਅਤੇ ਇਹਨਾਂ ਦੀ ਮੋਡਸ ਓਪਰੈਂਡੀ ਕਿਸ ਤਰ੍ਹਾਂ ਹੁੰਦੀ ਸੀਗੀ, ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ? ਦੇਖੋ ਜੀ, ਇਹ ਬੇਸਿਕਲੀ ਜਿਵੇਂ ਦਿਨ ਦੇ ਟਾਈਮ ਬਾਜ਼ਾਰ ਦੇ ਏਰੀਏ 'ਚ ਪਹਿਲਾਂ ਜਿਹੜਾ ਰੇਕੀ ਵਗੈਰਾ ਕਰ ਲੈਂਦੇ ਸੀਗੇ ਕੁੜੀ, ਜ਼ਿਆਦਾਤਰ ਉਹ ਕੰਮ ਕਰਦੀ ਸੀ, ਜਿਵੇਂ ਕੋਈ ਸ਼ੋਪਸ 'ਤੇ ਜਾ ਕੇ ਉੱਥੇ ਦੇਖ ਲੈਂਦੀ ਸੀ ਅਤੇ ਉਸ ਤੋਂ ਬਾਅਦ ਰਾਤ ਨੂੰ ਫਿਰ ਇਹ ਚੋਰੀ ਦੀ ਅੰਜਾਮ ਦਿੰਦੇ ਸੀ ਚੋਰੀ। ਸਰ, ਰਿਕਵਰ ਕੀ ਕੀ ਹੋਇਆ? ਇਹਨਾਂ ਤੋਂ ਜੀ ਕੁਛ ਇਲੈਕਟ੍ਰੋਨਿਕ ਐਕਸੈਸਰੀਜ਼ ਜਿਵੇਂ ਜਾਂ ਮੋਬਾਈਲ ਫੋਨ ਰਿਕਵਰ ਹੋਏ ਨੇ, LED ਅਤੇ ਆਪਣਾ, ਇਸ ਤੋਂ ਇਲਾਵਾ ਕੁਛ ਨੋਟਾਂ ਦੇ ਹਾਰ, ਕੁਛ ਹੋਰ ਲੇਡੀਜ਼ ਦਾ ਜਿਹੜਾ ਮੇਕਅਪ ਦੇ ਚੀਜ਼ਾਂ ਨੇ, ਉਹ ਕਾਫੀ ਸਾਰਾ ਸਮਾਨ ਬਰਾਮਦ ਹੋਇਆ, ਨਾਲ ਹੀ ਕੁਛ ਨੋਟਾਂ ਦੇ ਜਿਹੜੇ ਵਿਆਹ ਵਾਲੇ ਹਾਰ ਉਹ ਬਰਾਮਦ ਹੋਏ ਨੇ ਕਾਫੀ ਸਾਰੇ। ਕਿੰਨੇ ਦਿਨਾਂ ਤੋਂ ਐਕਟਿਵ ਸੀਗੇ ਖਰੜ ਦੇ ਏਰੀਆ ਦੇ ਵਿੱਚ? ਇਹ ਕਰੀਬ 20-25 ਦਿਨ ਤੋਂ, ਇੱਥੋਂ ਪਹਿਲੀ ਚੋਰੀ ਜਿਹੜੀ 20 ਦਿਨ ਪਹਿਲਾਂ ਸਾਡੇ ਜਿਹੜੇ ਧਿਆਨ 'ਚ ਆਈ ਸੀ। ਓਕੇ, ਤੋ ਇਹਨਾਂ ਦਾ ਕੋਈ ਹੋਰ ਵੀ ਕਿੰਗ ਪਿੰਨ ਜਾਂ ਨੈਕਸਸ ਆਇਆ? ਇਹ ਸਿਰਫ ਦੋਨਾਂ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ? ਨਹੀਂ, ਇਹ ਦੋਨੇ ਹੀ ਇਕੱਠੇ ਹੀ ਇਸ ਜਿਹੜਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਜਿਹੜਾ ਮੁੰਡਾ ਹੈਗਾ ਇਹਦੇ 'ਤੇ ਪਹਿਲਾਂ ਵੀ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਅਤੇ ਉਹਦੇ ਨਾਲ ਵੀ ਸਾਨੂੰ ਕਾਫੀ ਮਦਦ ਹੋਈ ਜਦੋਂ ਅਸੀਂ ਬੰਦਾ ਪਿੰਨ ਪੁਆਇੰਟ ਕੀਤਾ। ਉਸ ਤੋਂ ਬਾਅਦ ਆਇਡੈਂਟੀਫਾਈ ਕਰਕੇ ਇਹਦਾ ਸਾਬਕਾ ਰਿਕਾਰਡ ਕਢਾਇਆ, ਉਹਦੇ 'ਚ ਪਤਾ ਲੱਗਿਆ ਕਿ ਸਿਮਿਲਰ ਤਰੀਕੇ ਦੀਆਂ ਚੋਰੀ ਦੀਆਂ ਵਾਰਦਾਤਾਂ ਇਹਨੇ ਪਟਿਆਲੇ ਜ਼ਿਲ੍ਹੇ 'ਚ ਵੀ ਕੀਤੀਆਂ ਸੀ। ਤਾਂ ਉਹਦੇ ਨਾਲ ਜਿਹੜਾ ਹੋਰ ਸਾਡਾ ਜਿਹੜਾ ਸ਼ੱਕ ਸੀ ਉਹ ਜਿਹੜਾ ਸਾਨੂੰ ਮਤਲਬ ਕਨਫਰਮ ਹੋ ਗਿਆ ਕਿ ਇਹ ਮੁੰਡਾ। ਅਤੇ ਸਰ, ਕਰਦੇ ਕੀ ਸੀ ਰਾਤ ਨੂੰ, ਮਤਲਬ ਸ਼ਟਰ ਤੋੜਦੇ ਸੀ ਜਾਂ ਕੋਈ ਇਕਵਿਪਮੈਂਟ ਇਹਨਾਂ ਦੇ ਕੋਲ ਸੀਗੇ ਕਿ ਬੜੇ ਆਸਾਨੀ ਨਾਲ ਸ਼ਟਰ ਤੋੜਦਾ? ਸ਼ਟਰ ਤੋੜਦੇ ਸੀਗੇ ਜੀ, ਜਿਵੇਂ ਬਲੇਡ ਵਗੈਰਾ, ਆਰਾ ਵਗੈਰਾ ਹੁੰਦਾ, ਉਹਦੇ ਨਾਲ ਸ਼ਟਰ ਤੋੜ ਕੇ ਅਤੇ ਲੌਕ ਤੋੜ ਕੇ ਫਿਰ ਅੰਦਰ ਵੜਦੇ ਸੀ। ਠੀਕ ਹੈ,
ਤੇ ਹੁਣ ਅੱਗੇ ਵੇਚਦੇ ਵੀ ਸੀ ਕਿਸੇ ਨੂੰ ਹੁਣ ਤੱਕ ਦੀ ਪਤਾ ਲੱਗਿਆ ਕੁਛ ਜਾਂ ਫਿਰ ਆਪਣੇ ਕੋਲ ਹੀ ਸਮਾਨ ਵਗੈਰਾ ਜਿਹੜਾ ਹੈਗਾ? ਦੇਖੋ ਤਫਤੀਸ਼ ਦਾ ਪਾਰਟ ਅਸੀਂ ਕਰ ਰਹੇ ਹਾਂ, ਵੈਰੀਫਾਈ ਕੁਛ ਸਮਾਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਇਲੈਕਟ੍ਰੋਨਿਕ ਜਿਵੇਂ LEDs ਵਗੈਰਾ ਸੀਗੀਆਂ ਉਹ, ਕਿਉਂਕਿ ਉੱਥੋਂ ਦੇ ਪਟਿਆਲੇ ਦੇ ਰਹਿਣ ਵਾਲੇ ਸੀ, ਉੱਥੇ ਇਹ ਚੱਕਰ ਲਾਉਂਦੇ ਰਹਿੰਦੇ ਸੀਗੇ, ਉੱਥੇ ਅਸੀਂ ਬਾਕੀ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਹਾਂ। ਤੇ ਕਿੰਨੀ ਏਜ ਦੇ, ਏਜ ਗਰੁੱਪ ਕੀ ਹੈ ਦੋਨਾਂ ਦਾ? ਇਹ 22-23 ਸਾਲ ਦੇ ਨੇ ਜੀ ਦੋਨੋਂ। ਦੋਨੋਂ 22? ਇਹ ਦੋਨੋਂ ਮਤਲਬ ਰਿਲੇਟਿਵ ਨੇ ਜਾਂ ਕਿਸ ਤਰ੍ਹਾਂ ਨਾਲ ਹੀ ਰਹਿੰਦੇ ਸੀ? ਨਹੀਂ, ਇਹ ਪਟਿਆਲੇ ਕਿਸੇ ਜਗ੍ਹਾ ਮਿਲੇ ਸੀ ਦੋਨੋਂ, ਕਿਉਂਕਿ ਰਾਜਪੁਰ ਏਰੀਏ ਦੇ ਰਹਿਣ ਵਾਲੇ ਨੇ ਤਾਂ ਪਟਿਆਲੇ ਮਿਲੇ ਸੀਗੇ, ਉਸ ਤੋਂ ਬਾਅਦ ਕੰਟੈਕਟ 'ਚ ਆ ਗਏ ਅਤੇ ਇੱਥੇ ਖਰੜ ਕਿਰਾਏ 'ਤੇ ਇਕੱਠੇ ਰਹਿਣ ਲੱਗੇ। ਅਤੇ ਗ੍ਰਿਫਤਾਰੀ ਕਿੱਥੋਂ ਹੋਈ ਹੈ? ਇਹਨਾਂ ਦੀ ਲੋਕਲ ਇੱਥੋਂ ਹੀ ਗ੍ਰਿਫਤਾਰੀ ਹੋਈ ਹੈ ਜੀ, ਖਰੜ ਤੋਂ। ਐਕਟਿਵਾ ਅਤੇ ਗੱਡੀ ਦੇ ਚੱਲਦੇ ਸੀ, ਕਿਸ ਤਰ੍ਹਾਂ ਇਹ ਚੱਲਦੇ ਸੀ? ਹਾਂਜੀ, ਕਿਹਨਾਂ ਕੋਲ ਬਾਈਕ ਸੀਗਾ ਉਹ ਬਰਾਮਦ ਕੀਤਾ ਸੀ। ਤੇ ਬਿਲਕੁਲ ਬੰਟੀ ਬਬਲੀ ਨੂੰ ਕਾਬੂ ਕੀਤਾ, ਔਰ ਬੜੇ ਸ਼ਾਤਿਰ ਤਰੀਕੇ ਨਾਲ, ਜਿੱਦਾਂ ਸਾਨੂੰ ਦੱਸਿਆ ਕਿ ਪਹਿਲਾਂ ਰੈਕੀ ਕੀਤੀ ਜਾਂਦੀ ਸੀ ਕੁੜੀ ਵੱਲੋਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਉਸ ਤੋਂ ਬਾਅਦ ਇਹ ਮੁੰਡਾ ਰਾਤ ਨੂੰ ਕੁੜੀ ਨੂੰ ਲੈ ਕੇ ਰਾਤ ਨੂੰ ਦੇਰ ਰਾਤ ਕਰੀਬ 2:30-3 ਵਜੇ ਇਹ ਦੁਕਾਨਾਂ ਦਾ ਸ਼ੈਟਰ ਤੋੜ ਕੇ ਉਹਦਾ ਜਿਹੜਾ ਪੂਰਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਸੀ। ਹਾਲਾਂਕਿ ਲਗਾਤਾਰ ਇਸ ਤਰ੍ਹਾਂ ਦੀ ਵਾਰਦਾਤਾਂ ਹੋ ਰਹੀ ਸੀ, ਉਸ ਤੋਂ ਬਾਅਦ ਪੁਲਿਸ ਨੂੰ ਜਦ ਇਹ ਪੂਰੀ ਇਨਵੈਸਟੀਗੇਸ਼ਨ ਹੋਈ, ਕਈ ਚੀਜ਼ਾਂ ਦਾ ਖੁਲਾਸਾ ਹੋਇਆ, ਹਿਊਮਨ ਇੰਟੈਲੀਜੈਂਸ ਟੈਕਨੀਕਲ ਦੇ ਮਦਦ ਨਾਲ ਦੋਨਾਂ ਨੂੰ ਕਾਬੂ ਕੀਤਾ ਅਤੇ ਰਿਕਵਰੀ ਵੀ ਕਾਫੀ ਜਿਹੜੀ ਹੈਗੀ ਇਹਦੇ ਵਿੱਚ ਕੀਤੀ ਗਈ ਹੈ। ਖਰੜ ਤੋਂ ਕੈਮਰਾਮੈਨ ਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।